ਚੁੰਨੀ ਦੀ ਐਸੀ ਵਰਤੋਂ ਨਹੀਂ ਦੇਖੀ ਹੁਣੇ ਤੁਸੀਂ ਜਿਹੜੀ ਆ ਚੋਰਨੀ ਕਰ ਰਹੀ ਐ ਇਸ ਦਾ ਕਥਿਤ ਪਤੀ ਦੁਕਾਨਦਾਰ ਨੂੰ ਗੱਲਾਂ ਚਲਾਉਂਦਾ ਐ ਉਲਝਾਉਂਦਾ ਐ ਅਤੇ ਚੁੰਨੀ ਦੀ ਵਰਤੋਂ ਦੇ ਨਾਲ ਇਹ ਚੋਰਨੀ ਹੱਥ ਦੀ ਸਫਾਈ ਨਾਲ ਦੇਖੋ ਕਿਵੇਂ ਝੂਨਾ ਲਗਾ ਜਾਂਦੀ ਆ ਲੁਧਿਆਣਾ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਸੁਨਿਆਰੀ ਦੀ ਦੁਕਾਨ ਦੇ ਅੰਦਰ ਬੜੇ ਇਹ ਪਤੀ ਪਤਨੀ ਜੋ ਕਿ ਦੋਨੋਂ ਚੋਰ ਨਹੀਂ ਇਹਨਾਂ ਨੂੰ ਲੱਗਿਆ ਸਾਹਮਣੇ ਬੈਠਾ ਸੁਨਿਆਰਾ ਕਿਤੇ ਮੂਰਖੀ ਹੋਣਾ ਪਰ ਸੁਨਿਆਰਾ ਵੀ ਹੰੜਿਆ ਹੋਇਆ ਸੀ ਕਿਉਂਕਿ ਅਜੇਕਲ ਅਜੀਹਾਂ ਤਸਵੀਰਾਂ ਅਜੀਹਾਂ ਖਬਰਾਂ ਬੇहद ਜ਼ਿਆਦਾ ਦੇਖਣ ਨੂੰ ਮਿਲਦੀਆਂ ਨੇ ਤਾਂ ਕਰਕੇ ਸੁਨਿਆਰੇ ਨੇ ਆਪਣੇ ਸਿਰ ਦੇ ਉੱਤੇ ਹੀ ਇੱਕ ਕੈਮਰਾ ਲਵਾਇਆ ਹੋਇਆ ਜਿਸ ਵਿੱਚ ਦੋਨੇ ਚੋਰ ਚੋਰੀ ਦੇਖੇ ਜਾ ਸਕਦੇ ਨੇ ਚੋਰ ਚੋਰਨੀ ਪਹਿਲਾਂ ਤਾਂ ਸੁਨਿਆਰੇ ਨੂੰ ਕਹਿੰਦੇ ਨੇ ਕਿ ਬਈ ਸਾਨੂੰ ਝਾਂਜਰਾ ਖਰੀਦਣੀਆਂ ਨੇ ਪਤੀ ਕਹਿੰਦਾ ਮੈਂ ਆਪਣੀ ਪਤਨੀ ਨੂੰ ਝਾਂਜਰਾ ਲੈ ਕੇ ਦੇਣੀਆਂ ਨੇ ਤਾਂ ਫਿਰ ਸੁਨਿਆਰਾ ਝਾਂਜਰਾ ਦਿਖਾਉਣ ਲੱਗ ਜਾਂਦਾ 1 2 3 ਨਹੀਂ ਦਰਜਨਾ ਝਾਂਜਰਾਂ ਦੇ ਪੈਕਟ ਜਿਹੜੇ ਨੇ ਉਹ ਟੇਬਲ ਤੇ ਰੱਖ ਦਿੱਤੇ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ ਇਹ ਚੋਰਨੀ ਚੁੰਨੀ ਦੀ ਮਦਦ ਦੇ ਨਾਲ ਚੁੰਨੀ ਦੇ ਥੱਲੋਂ ਦੀ ਹੱਤ ਆਪਣਾ ਸੱਜੇ ਵਾਲਾ ਕੱਢ ਕੇ ਇੱਕ ਹੱਥ ਦੇ ਨਾਲ ਜਿਹੜੀ ਪੰਜੇਬਾਂ ਪਈਆਂ ਨੇ ਜਿਹੜੀ ਝਾਂਜਰਾ ਪਈਆਂ ਨੇ ਸੋਨਾ ਪਿਆ ਇਹ ਚਾਂਦੀ ਪਈ ਆ ਉਸ ਨੂੰ ਖਿੱਚ ਕੇ ਚੁੰਨੀ ਦੇ ਅੰਦਰ ਲੈ ਜਾਂਦੀ ਆ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਸਾਰਾ ਕੁਝ ਕੈਮਰੇ ਚ ਕੈਦ ਹੋ ਗਿਆ ਏ ਅਤੇ ਸੁਨਾਰੇ ਦਾ ਸਾਥੀ ਸਭ ਕੁਝ ਦੇਖ ਰਿਹਾ ਹੈ ਮੌਕੇ ਤੇ ਆਂਦੇ ਨੇ ਸੁਨੇਾਰੇ ਦੇ ਸਾਥੀ ਸੁਨੇਾਰਾ ਰੋਲਾ ਪਾਉਂਦਾ ਹੈ ਅਤੇ ਪਤੀ ਪਤਨੀ ਨੂੰ ਨਾਲ ਦੀ ਨਾਲ ਗ੍ਰਫਤਾਰ ਕਰਾ ਲਿਆ ਗਿਆ ਤਾਂ ਤਸਵੀਰਾਂ ਲੁਧਿਆਣਾ ਦੀਆਂ ਜਿੱਥੇ ਸ਼ਿਮਲਾਪੁਰੀ ਕੁਆਲਟੀ ਚੌਂਕ ਦੇ ਨੇੜੇ ਇੱਕ ਜੁਐਲਰੀ ਦੀ ਦੁਕਾਨ ਦੇ ਵਿੱਚ ਇਹ ਚੋਰ ਚੋਰਨੀ ਵੜੇ ਇਹਨਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਜੋ ਕਿ ਸੀਸੀਟੀਵੀ ਦੇ ਵਿੱਚ ਕੈਦ ਹੋਈ ਪੰਜੇਬਾ ਚੋਰੀ ਕਰ ਰਹੀ ਸੀ ਤਾਂ ਆਪਣੇ ਦੁਪੱਟੇ ਦੇ ਵਿੱਚ ਛੁਪਾਰੀ ਸੀ ਇਹ ਚੋਰਨੀ ਜਿਸ ਤੋਂ ਬਾਅਦ ਦੁਕਾਨਦਾਰ ਨੇ ਆਪਣੀ ਸਾਥੀ ਦੇ ਨਾਲ ਉਸ ਮਹਿਲਾ ਦਾ ਪਿੱਛਾ ਕੀਤਾ ਅਤੇ ਦੂਸਰੇ ਜੁਵੈਲਰ ਦੀ ਦੁਕਾਨ ਤੇ ਪਹੁੰਚ ਕੇ ਮਹਿਲਾ ਨੂੰ ਫੜ ਲਿਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਇਸ ਮਾਮਲੇ ਸੰਬੰਧੀ ਜਾਂਚ ਕਰ ਰਹੀ ਹੈ। ਇਹਨਾਂ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਏ। ਹੁਣ ਦੇਖੋ ਕਿਵੇਂ ਇਹ ਚੋਰਨੀ ਮੂਲਕਾਉਂਦੀ ਫਿਰ ਰਹੀ ਆ। ਤਾਂ ਚੁੰਨੀ ਦੀ ਐਸੀ ਵਰਤੋਂ ਨਹੀਂ ਦੇਖੀ ਹੋਣੀ ਤੁਸੀਂ ਜਿਹੜੀ ਆ ਚੋਰਨੀ ਕਰ ਰਹੀ ਆ। ਇਸ ਦਾ ਕਥਿਤ ਪਤੀ ਦੁਕਾਨਦਾਰ ਨੂੰ ਗੱਲਾਂ ਚਲਾਉਂਦਾ ਏ ਉਲਝਾਉਂਦਾ ਏ ਅਤੇ ਚੁੰਨੀ ਦੀ ਵਰਤੋਂ ਦੇ ਨਾਲ ਇਹ ਚੋਰਨੀ ਹੱਥ ਦੀ ਸਫਾਈ ਨਾਲ ਦੇਖੋ ਕਿਵੇਂ ਝੂਨਾ ਲਗਾ ਜਾਂਦੀ ਆ ਲੁਧਿਆਣਾ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਸੁਨਿਆਰੀ ਦੀ ਦੁਕਾਨ ਦੇ ਅੰਦਰ ਬੜੇ ਇਹ ਪਤੀ ਪਤਨੀ ਜੋ ਕਿ ਦੋਨੋਂ ਚੋਰ ਨਹੀਂ ਇਹਨਾਂ ਨੂੰ ਲੱਗਿਆ ਸਾਹਮਣੇ ਬੈਠਾ ਸੁਨਿਆਰਾ ਕਿਤੇ ਮੂਰਖੀ ਹੋਣਾ ਪਰ ਸੁਨਿਆਰਾ ਵੀ ਹੰਡਿਆ ਹੋਇਆ ਸੀ ਕਿਉਂਕਿ ਅਜੇਕਲ ਅਜੀਹਿਆ ਤਸਵੀਰਾਂ ਅਜਿਹੀਆਂ ਖਬਰਾਂ ਬੇहद ਜ਼ਿਆਦਾ ਦੇਖਣ ਨੂੰ ਮਿਲਦੀਆਂ ਨੇ ਤਾਂ ਕਰਕੇ ਸੁਨਿਆਰੇ ਨੇ ਆਪਣੇ ਸਿਰ ਦੇ ਉੱਤੇ ਹੀ ਇੱਕ ਕੈਮਰਾ ਲਵਾਇਆ ਹੋਇਆ ਜਿਸ ਵਿੱਚ ਦੋਨੇ ਚੋਰ-ਚੋਰਨੀ ਦੇਖੇ ਜਾ ਸਕਦੇ ਨੇ ਚੋਰ-ਚੋਰਨੀ ਪਹਿਲਾਂ ਤਾਂ ਸੁਨਿਆਰੇ ਨੂੰ ਕਹਿੰਦੇ ਨੇ ਕਿ ਭਈ ਸਾਨੂੰ ਝਾਂਜਰਾ ਖਰੀਦਣੀਆਂ ਨੇ ਪਤੀ ਕਹਿੰਦਾ ਮੈਂ ਆਪਣੀ ਪਤਨੀ ਨੂੰ ਝਾਂਜਰਾ ਲੈ ਕੇ ਦੇਣੀਆਂ ਨੇ ਤਾਂ ਫਿਰ ਸੁਨਿਆਰਾ ਝਾਂਜਰਾ ਦਿਖਾਉਣ ਲੱਗ ਜਾਂਦਾ 1 2 3 ਨਹੀਂ ਦਰਜਨਾ ਝਾਂਜਰਾਂ ਦੇ ਪੈਕਟ ਜਿਹੜੇ ਨੇ ਉਹ ਟੇਬਲ ਤੇ ਰੱਖ ਦਿੱਤੇ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ ਇਹ ਚੋਰਨੀ ਚੁੰਨੀ ਦੀ ਮਦਦ ਦੇ ਨਾਲ ਚੁੰਨੀ ਦੇ ਥੱਲੋਂ ਦੀ ਹੱਤ ਆਪਣਾ ਸੱਜੇ ਵਾਲਾ ਕੱਢ ਕੇ ਇਹ ਘੱਤ ਦੇ ਨਾਲ ਜਿਹੜੀ ਪੰਜੇਬਾਂ ਪਈਆਂ ਨੇ ਜਿਹੜੀ ਝਾਂਜਰਾ ਪਈਆਂ ਨੇ ਸੋਨਾ ਪਿਆ ਇਹ ਚਾਂਦੀ ਪਈ ਆ ਉਸ ਨੂੰ ਖਿੱਚ ਕੇ ਚੁੰਨੀ ਦੇ ਅੰਦਰ ਲੈ ਜਾਂਦੀ ਆ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਸਾਰਾ ਕੁਝ ਕੈਮਰੇ ਚ ਕੈਦ ਹੋ ਗਿਆ ਏ ਅਤੇ ਸੁਨਿਆਰੇ ਦਾ ਸਾਥੀ ਸਭ ਕੁਝ ਦੇਖ ਰਿਹਾ ਹੈ ਮੌਕੇ ਤੇ ਆਂਦੇ ਨੇ ਸੁਨੇਾਰੇ ਦੇ ਸਾਥੀ ਸੁਨੇਾਰਾ ਰੋਲਾ ਪਾਉਂਦਾ ਹੈ ਅਤੇ ਪਤੀ ਪਤਨੀ ਨੂੰ ਨਾਲ ਦੀ ਨਾਲ ਗ੍ਰਫਤਾਰ ਕਰਾ ਲਿਆ ਗਿਆ ਤਾਂ ਤਸਵੀਰਾਂ ਲੁਧਿਆਣਾ ਦੀਆਂ ਜਿੱਥੇ ਸ਼ਿਮਲਾਪੁਰੀ ਕੁਆਲਟੀ ਚੌਂਕ ਦੇ ਨੇੜੇ ਇੱਕ ਜੁਐਲਰੀ ਦੀ ਦੁਕਾਨ ਦੇ ਵਿੱਚ ਇਹ ਚੋਰ ਚੋਰਨੀ ਵੜੇ ਇਹਨਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਜੋ ਕਿ ਸੀਸੀਟੀਵੀ ਦੇ ਵਿੱਚ ਕੈਦ ਹੋਈ ਪੰਜੇਬਾ ਚੋਰੀ ਕਰ ਰਹੀ ਸੀ ਤਾਂ ਆਪਣੇ ਦੁਪੱਟੇ ਦੇ ਵਿੱਚ ਛੁਪਾਰੀ ਸੀ ਇਹ ਚੋਰਨੀ ਜਿਸ ਤੋਂ ਬਾਅਦ ਦੁਕਾਨਦਾਰ ਨੇ ਆਪਣੀ ਸਾਥੀ ਦੇ ਨਾਲ ਉਸ ਮਹਿਲਾ ਦਾ ਪਿੱਛਾ ਕੀਤਾ ਅਤੇ ਦੂਸਰੇ ਜੁਵੈਲਰ ਦੀ ਦੁਕਾਨ ਤੇ ਪਹੁੰਚ ਕੇ ਮਹਿਲਾ ਨੂੰ ਫੜ ਲਿਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਫਿਲਹਾਲ ਪੁਲਿਸ ਇਸ ਮਾਮਲੇ ਸੰਬੰਧੀ ਜਾਂਚ ਕਰ ਰਹੀ ਹੈ ਇਹਨਾਂ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਹੁਣ ਦੇਖੋ ਕਿਵੇਂ ਇਹ ਚੋਰਨੀ ਮੂਲਕਾਉਂ ਦੀ ਫਿਰ ਰਹੀ ਹੈ